ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾਂ ਪੇਸ਼ ਨੇ ਚੌਣਮੀਆਂ ਖਬਰਾਂ ਰਾਸ਼ਟਰਪਤੀ ਦ੍ਰਾਉਪਦੀ ਮੁਰਮੂ ਨੇ ਦੁਨੀਆ ਵਿੱਚ ਪ੍ਰਵਾਸੀ ਭਾਰਤੀਆਂ ਦੀ ਭੂਮਿਕਾ ਨੂੰ ਅਹਿਮ ਦੱਸਿਆ ਪ੍ਰਧਾਨ ਮੰਤਰੀ ਕਰਨਾਟਕ ਦੇ ਹੋਬਲੀ ਵਿੱਚ 12 ਜਨਵਰੀ ਨੂੰ 26ਵੇਂ ਕੌਮੀ ਯੂਥ ਫੈਸਟੀਵਲ ਦਾ ਉਦਘਾਟਨ ਕਰਨਗੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਮੋٹے ਅਨਾਜ ਦੀ ਖੇਤੀ ਉਤਸ਼ਾਹਤ ਕਰਨ ਸੰਬੰਧੀ ਭਾਰਤ ਸਰਕਾਰ ਦੇ ਯਤਨਾਂ ਨਾਲ ਕਿਸਾਨ ਖੁਸ਼ ਤੇ ਹੁਣ ਖਬਰਾਂ ਵਿਸਥਾਰ ਨਾਲ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ 17ਵੇਂ ਪ੍ਰਵਾਸੀ ਭਾਰਤੀ ਦਿਵਸ ਸਮਾਗਮ ਦੇ ਆਖਰੀ ਸੈਸ਼ਨ ਦੌਰਾਨ ਰਾਸ਼ਟਰਪਤੀ ਦ੍ਰਾਉਪਦੀ ਮੁਰਮੂ ਨੇ ਅੱਜ 27 ਦੇਸ਼ਾਂ ਦੇ ਭਾਰਤ ਵੰਸ਼ੀਆਂ ਨੂੰ ਪ੍ਰਵਾਸੀ ਭਾਰਤੀ ਸਨਮਾਨ ਪ੍ਰਦਾਨ ਕੀਤੇ ਇਹ ਸਨਮਾਨ ਪ੍ਰਵਾਸੀ ਭਾਰਤੀ ਦਿਵਸ ਸਮਾਗਮ ਤਹਿਤ ਉਹਨਾਂ ਪ੍ਰਵਾਸੀ ਭਾਰਤੀਆਂ ਤੇ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀਆਂ ਦੇਸ਼ ਤੇ ਦੁਨੀਆ ਵਿੱਚ ਪ੍ਰਾਪਤੀਆਂ ਸ਼ਾਨਦਾਰ ਹੋਈਆਂ ਹੋਣ ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਦ੍ਰਾਉਪਦੀ ਮੁਰਮੂ ਨੇ ਕਿਹਾ ਕਿ ਦੁਨੀਆ ਵਿੱਚ ਪ੍ਰਵਾਸੀ ਭਾਰਤੀਆਂ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਉਹਨਾਂ ਦੁਨੀਆ ਭਰ ਵਿੱਚ ਕਈ ਰਿਕਾਰਡ ਸਥਾਪਿਤ ਕੀਤੇ ਨੇ ਉਹਨਾਂ ਕਿਹਾ ਕਿ ਸਰਕਾਰ ਪ੍ਰਵਾਸੀ ਭਾਰਤੀਆਂ ਲਈ ਕਈ ਨੀਤੀਆਂ ਲੈ ਕੇ ਆਈਏ ਅਤੇ ਪ੍ਰਵਾਸੀ ਭਾਰਤੀਆਂ ਨੇ ਨਵਾਂਚਾਰ ਦੇ ਖੇਤਰ ਵਿੱਚ ਵੀ ਅਹਿਮ ਭੂਮਿਕਾ ਨਿਭਾਈਏ सुरीनाम ਦੇ ਰਾਸ਼ਟਰਪਤੀ ਚੰਦ੍ਰਿਕਾ ਪ੍ਰਸਾਦ ਸੰਤੋਖੀ ਅਤੇ ਗੁਆਨਾ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਇਰਫਾਨ ਅਲੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਵੀ ਕੀਤੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿੱਚ ਅੱਜ ਪਾਰਟੀ ਦੇ ਜਨਰਲ ਸਕੱਤਰਾਂ ਨਾਲ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪਾਰਟੀ ਦੇ ਜਨਰਲ ਸਕੱਤਰ ਬੀ ਐਲ ਸੰਤੋਖ, ਅਰुण ਸਿੰਘ, ਤਰुण ਚੁੱਗ ਅਤੇ ਦੋਸ਼ੰਤ ਗੋਤਮ ਸਮੇਤ ਹੋਰ ਆਗੂ ਮੌਜੂਦ ਰਹੇ। ਜੇਪੀ ਨੱਡਾ ਨੇ ਕੱਲ ਵੀ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕੀਤੀ ਸੀ। 26ਵਾਂ ਕੌਮੀ ਯੂਥ ਫੈਸਟੀਵਲ 12 ਤੋਂ 16 ਜਨਵਰੀ ਤੱਕ ਕਰਨਾਟਕ ਦੇ ਹੁਬਲੀ ਦੇ ਧਾਰਵਾੜ ਵਿੱਚ ਆਯੋਜਿਤ ਕੀਤਾ ਜਾਵੇਗਾ ਨਵੀਂ ਦਿੱਲੀ ਵਿੱਚ ਅੱਜ ਮੀਡੀਆ ਨੂੰ ਸੰਬੋਧਿਤ ਕਰਦਿਆਂ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਇਹ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਇਸ ਸਾਲ ਦੇ ਯੂਥ ਫੈਸਟੀਵਲ ਦਾ ਵਿਸ਼ਾ ਹੈ ਵਿਕਸਿਤ ਯੁਵਾ ਵਿਕਸਿਤ ਭਾਰਤ ਅਨਰਾਗ ਸਿੰਘ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਜਨਵਰੀ ਨੂੰ ਸਵਾਮੀ ਵਿਵੇਕਾ ਨੰਦ ਦੀ ਜੈਅੰਤੀ ਤੇ ਇਸ ਫੈਸਟੀਵਲ ਦਾ ਉਦਘਾਟਨ ਕਰਨਗੇ ਇਸ ਫੈਸਟੀਵਲ ਵਿੱਚ ਦੇਸ਼ ਭਰ ਤੋਂ ਤਕਰੀਬਨ 7500 ਪ੍ਰਤੀਨਿਧਾਂ ਦੇ ਹਿੱਸਾ ਲੈਣ ਦੀ ਆਸ ਹੈ ਅਨਰਾਗ ਸਿੰਘ ਠਾਕੁਰ ਨੇ ਕਿਹਾ ਕਿ ਕਲਾਰੀ ਪੇਆ 2 ਥੰਗਟਾ ਗਤਕਾ ਮਲਖੰਬ ਅਤੇ ਯੋਗ ਵਰਗੇ ਰਵਾਇਤੀ ਖੇਡ ਇਸ ਫੈਸਟੀਵਲ ਦਾ ਹਿੱਸਾ ਰਹਿਣਗੇ ਉਨਾ ਕਿਹਾ ਕਿ ਫੂਡ ਫੈਸਟੀਵਲ ਤੇ ਦਸਤਕਾਰ ਵਰਗੇ ਸਮਾਜਿਕ ਵਿਕਾਸ ਸੰਬੰਧੀ ਮੇਲੇ ਵੀ ਆਯੋਜਿਤ ਕੀਤੇ ਜਾਣਗੇ ਜਿਹੜੇ ਨੌਜਵਾਨਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਇੱਕ ਮੌਕਾ ਦੇਣਗੇ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਜੀ20 ਦੀ ਪ੍ਰਧਾਨਗੀ ਮਿਲਣਾ ਭਾਰਤ ਲਈ ਇੱਕ ਮਹੱਤਵਪੂਰਨ ਮੌਕਾ ਹੈ ਅਤੇ ਇਸ ਤਹਿਤ ਦੇਸ਼ ਭਰ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਯੁਵਾ ਸੰਵਾਦ ਆਯੋਜਿਤ ਕੀਤੇ ਜਾਣਗੇ ਇਹਨਾਂ ਦੌਰਾਨ ਰਾਸ਼ਟਰੀ ਸਿੱਖਿਆ ਨੀਤੀ ਜਲਵਾਯੂ ਪਰਵਰਤਨ ਪਾਣੀ ਤੇ ਊਰਜਾ ਸੰਬੰਧੀ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ तीस हजार से ज्यादा युवाओं की भागीदारी होगी प्रधानमंत्री नरेंद्र मोदी जी उद्घाटन के लिए हुबली धारवाड़ जहां पर नेशनल यूथ फेस्टिवल को इस वर्ष 12 तारीख को करवाया जाएगा उसका उद्घाटन करेंगे मुख्य अतिथि होंगे 12 तारीख को शुरुआत होगी 16 तारीख को इसका समापन होगा कंपटीशन इवेंट्स होंगे नॉन कॉम्पिटिटिव इवेंट्स भी होंगे हमारा प्रयास है कि नेशनल यूथ फेस्टिवल में जो देशभर का युवा यहां पर आया उसको वाई ट्वेंटी की जानकारी भी दें युवा जब अपने राज्य वापस जाए तो वाई टॉक्स इसका आयोजन देश भर में यूनिवर्सिटीज और कॉलेजेस में हो ਪੰਜਾਬ ਵਿੱਚ ਆਪਣੀ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਦੁਪਹਿਰ ਹਵਾਈ ਰਸਤੇ ਅੰਬਾਲਾ ਤੋਂ ਅੰਮ੍ਰਿਤਸਰ ਪੁੱਜੇ ਹਵਾਈ ਅੱਡੇ ਤੋਂ ਉਹ ਸਿੱਧੇ ਸ੍ਰੀ ਹਰਮੰਦਰ ਸਾਹਿਬ ਪੁੱਜੇ ਅਤੇ ਕੜਾ ਪ੍ਰਸ਼ਾਦ ਦੀ ਅਰਦਾਸ ਕਰਨ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਉਨ੍ਹਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਕੁਝ ਸਮਾਂ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਰਾਹੁਲ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵੀ ਕੀਤੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸੰਸਦ ਗੁਰਜੀਤ ਔਜਲਾ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਹੋਰ ਆਗੂ ਉਹਨਾਂ ਨਾਲ ਮੌਜੂਦ ਰਹੇ ਰਾਹੁਲ ਗਾਂਧੀ ਦੀ ਇਸ ਫੇਰੀ ਨੂੰ ਦੇਖਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼wini ਸ਼ਰਮਾ ਨੇ ਕਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਸੂਬੇ ਵਿੱਚ ਖਾਸ ਤੌਰ ਤੇ ਪਿੰਡਾਂ ਵਿੱਚ ਪਾਰਟੀ ਦਾ ਆਧਾਰ ਵਧਿਆਏ ਜਿਸ ਨਾਲ ਪਾਰਟੀ ਵਰਕਰਾਂ ਵਿੱਚ ਉਤਸ਼ਾਹ ਭਰਿਆਏ ਮੁਹਾਲੀ ਵਿੱਚ ਅੱਜ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਿਲ ਰਹੀ ਇਸ ਹਮਾਇਤ ਨਾਲ ਆਉਣ ਵਾਲੇ ਸਮੇਂ ਵਿੱਚ ਪਾਰਟੀ ਸਾਰੀਆਂ ਚੋਣਾਂ ਆਪਣੇ ਬਲ ਬੂਤੇ ਤੇ ਹੀ ਲੜੇਗੀ ਨੂੰ ਚੋਣਾਂ ਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਔਰ ਇਸ ਵੇਲੇ ਤੇ ਸਾਡੀ ਨਵੀਂ ਜਥੇਬੰਦੀ ਬਣ ਰਹੀ ਹੈ। ਬੀਜੇਪੀ ਲਈ ਚੁਣੌਤੀਆਂ ਵੀ ਹੈ, ਅਫਸਰ ਵੀ ਹੈ। ਚੁਣੌਤੀ ਨੂੰ ਅਫਸਰ ਤੇ ਬਦਲਣਾ ਸਾਡੇ ਕਾਰਕਰਤਾ ਨੂੰ ਆਂਦਾ ਤੇ ਅਸੀਂ ਤੇ ਜੰਜਾਲ ਤੋਂ ਬਾਹਰ ਆਏ ਆ। ਸਾਡੀਆਂ ਬੇੜੀਆਂ ਖੁੱਲੀਆਂ। ਤਈਆਂ ਤੋਂ 117 ਵੱਲ ਜਾ ਰਹੇ ਨੇ। ਅੱਜ ਜੋ ਵੀ ਬਣੇਗਾ ਪਿੰਡਾਂ ਤੱਕ ਸਾਡਾ ਸੰਗਠਨ ਖੜਾ ਹੋਏਗਾ। ਉਹ ਉਹ ਉਹਦੀ ਸਾਨੂੰ ਲਾਭ ਮਿਲੇਗਾ ਪਾਰਟੀ ਨੂੰ। ਉਨਾ ਪੰਜਾਬ ਵਿੱਚ ਦਾਖਲ ਹੋ ਰਹੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਸਵਾਗਤ ਕੀਤਾ ਪਰ ਨਾਲ ਹੀ ਸਨ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਕਾਂਗਰਸ ਵੱਲੋਂ ਮਾਫੀ ਨਾ ਮੰਗਣ ਦੀ ਅਲੋਚਨਾ ਕੀਤੀ ਅਸ਼wini ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚਿਹਰਾ ਬੇਨਕਾਬ ਹੋ ਗਿਆ ਏ ਆਮ ਆਦਮੀ ਪਾਰਟੀ ਦਾ ਚਿਹਰਾ ਪੂਰੇ ਦੇਸ਼ ਤੇ ਵੀ ਨੰਗਾ ਹੋ ਗਿਆ ਪੰਜਾਬ ਤੇ ਵੀ ਨੰਗਾ ਹੋ ਗਿਆ ਇਹ ਇਮਾਨਦਾਰੀ ਦਾ ਢੰਡੋਰਾ ਪੇਟਣ ਵਾਲੇ ਕੱਟੜ ਬੇਈਮਾਨ ਸਾਬਤ ਹੋਏ ਸਰਾਰੀ ਵੇ ਅਸਤੀਫਾ ਨੂੰ ਲੈਣ ਤੇ ਇਹਨਾਂ ਨੇ 6 ਮਹੀਨੇ ਲਗਾਤੇ 6 ਮਹੀਨੇ ਮੰਤਰੀ ਰਹਿੰਦੇ ਹੋਏ ਸਰਾਰੀ ਨੇ ਜਿਹੜੇ ਨਿਰਣੇ ਲਏ ਨੇ ਉਹਦੇ ਤੇ ਕਿੰਨਾ ਭ੍ਰਸ਼ਟਾਚਾਰ ਹੋਏਗਾ ਇਹਦੀ ਕੋਕੋਨ ਕਰੇਗਾ ਅਸਤੀਫਾ ਕਾਫੀ ਨਹੀਂ ਹੈ ਭ੍ਰਸ਼ਟਾਚਾਰ ਦੇ ਨੂੰ ਲੈ ਕੇ ਅਗਰ ਮੁੱਖ ਮੰਤਰੀ ਮਾਨ ਸੀਰੀਅਸ ਨੇ ਗੰਭੀਰ ਨੇ ਤੇ ਬੰਦੀ ਕਾਰਵਾਈ ਕਰਨ ਪਰਚਾ दाखल ਕਰਨ ਕਿਹਦਾ ਤਾਂ ਹੈ ਬਿਨਾ ਇਨਕੁਆਇਰੀ ਇਹ ਲੋਕਨ ਫੜੀ ਜਾ ਫਿਰਦੇ ਨੇ ਇਹ ਇਹ ਫਰਾਰੀ ਦੇ ਉੱਤੇ ਪਰਚਾ ਦਾਖਲ ਕਰਕੇ 6 ਮਹੀਨੇ ਦੀ ਕਾਰਜ ਗੁਜ਼ਾਰੀ ਦੇ ਉੱਤੇ ਵੀ ਕੋਕ ਕਰਨ ਤੋਂ ਬਾਅਦ ਅੱਗੇ ਵਧਨ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਮੋਹਾਲੀ ਯੂਨਿਟ ਦੇ ਪ੍ਰਧਾਨ ਸੰਜੀਵ ਵਿਸ਼ੇਸ਼ ਨੇ ਆਪਣਾ ਅਹੁਦਾ ਸੰਭਾਲਿਆ ਇਸ ਮੌਕੇ ਪਾਰਟੀ ਆਗੂ ਅਮਨਜੋਤ ਕੌਰ ਰਾਮੂ ਵਾਲੀਆ ਤੇ ਸੁਬਾਸ਼ ਸ਼ਰਮਾ ਸਮੇਤ ਹੋਰ ਆਗੂ ਹਾਜ਼ਰ ਸਨ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬੰਦੂਗਰ ਨੇ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਪੰਜਾਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਾਂਗਰਸ ਵੱਲੋਂ ਸੂਬੇ ਨਾਲ ਕੀਤੇ ਗਏ ਤੱਕਿਆਂ ਦਾ ਜਵਾਬ ਦੇਣਾ ਚਾਹੀਦਾ ਹੈ ਪਟਿਆਲਾ ਤੋਂ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਵੱਲੋਂ ਪੰਜਾਬ ਨਾਲ ਸ਼ੁਰੂ ਤੋਂ ਹੀ ਤੱਕਾ ਕੀਤਾ ਜਾਂਦਾ ਰਿਹਾ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੇ ਹਮੇਸ਼ਾ ਪੰਜਾਬ ਨੂੰ ਪਿੱਛੇ ਹੀ ਕੀਤਾ ਹੈ ਭਾਰਤ ਸਰਕਾਰ ਮਿਲਟਸ ਯਾਨੀ ਮੋٹے ਅਨਾਜ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਉਣ ਲਈ ਕਈ ਉਪਰਾਲੇ ਕਰ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਤੇ ਹੀ ਸੰਯੁਕਤ ਰਾਸ਼ਟਰ ਨੇ ਇਸ ਸਾਲ ਨੂੰ ਕਮਾਂਤਰੀ ਮਿਲਟ ਇਅਰ ਐਲਾਨਿਆ ਹੈ ਸਰਕਾਰ ਦੇ ਇਹਨਾਂ ਯਤਨਾਂ ਨਾਲ ਪੰਜਾਬ ਵਿੱਚ ਮੋٹے ਅਨਾਜ ਦੀ ਖੇਤੀ ਕਰ ਰਹੇ ਕਿਸਾਨ ਬੇਹੱਦ ਉਤਸ਼ਾਹਿਤ ਨੇ ਇੱਕ ਰਿਪੋਰਟ ਲੋਕਾਂ ਦੀ ਥਾਲੀ ਦਾ ਹਿੱਸਾ ਹੁੰਦਾ ਮੋਟਾ ਅਨਾਜ ਸਮੇਂ ਦੇ ਨਾਲ ਥਾਲੀ ਤੋਂ ਦੂਰ ਹੋ ਗਿਆ ਪਰ ਸਮਾ ਪਰਿਵਰਤਨਸ਼ੀਲ ਅਤੇ ਹੁਣ ਇੱਕ ਵਾਰ ਫਿਰ ਭਾਰਤ ਸਰਕਾਰ ਦੇ ਯਤਨਾਂ ਨਾਲ ਮੋٹے ਅਨਾਜ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਨੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋٹے ਅਨਾਜ ਦੀ ਵਰਤੋਂ ਆਮ ਲੋਕਾਂ ਵਿੱਚ ਵਧਾਉਣ ਤੇ ਜ਼ੋਰ ਦੇ ਰਹੇ ਨੇ ਪੰਜਾਬ ਵਿੱਚ ਮੋٹے ਅਨਾਜ ਦੀ ਖੇਤੀ ਕਰਨ ਵਾਲੇ ਕਿਸਾਨ ਇਸ ਤੋਂ ਖੁਸ਼ ਨੇ ਸ਼੍ਰੀ ਮੁਕਸਰ ਸਾਹਿਬ ਦੇ ਕਿਸਾਨ ਗੁਰਮukh ਸਿੰਘ ਰੰਗੀਲਪੁਰ ਦਾ ਕਹਿਣਾ ਹੈ ਕਿ ਮਿਲਟਸ ਦੀ ਖੇਤੀ ਦੇ ਕਈ ਫਾਇਦੇ ਨੇ ਇਹਨਾਂ ਫਸਲਾਂ ਦੇ ਬੀਜਨ ਨਾਲ ਸਾਡੇ ਮੌਸਮ ਦੀ ਤਬਦੀਲੀ ਰੁਕੇਗੀ ਪਾਣੀ ਜੋ ਧਰਤੀ ਦਾ ਹਟਲਾ ਹਟੇ ਜਾ ਰਿਹਾ ਵਾ ਉਹ ਜਿਹੜਾ ਬਚੇਗਾ ਸੋ ਇਹ ਨਿੰਦਰ ਮੋਦੀ ਜੀ ਦਾ ਬਹੁਤ ਅੱਛਾ ਉਪਰਾਲਾ ਆ ਜਿਹੜਾ ਕਿ ਇਹਨਾਂ ਨੇ ਇਹ ਮਿਲਟਰੀਅਰ ਜਿਹੜਾ ਐਲਾਨ ਕੀਤਾ ਸਰਕਾਰ ਜਿਹੜਾ ਵਾ ਇਹਨੂੰ ਹੋਰ ਅੱਗੇ ਲੈ ਕੇ ਚੱਲੇ ਪੰਜਾਬ ਸਰਕਾਰ ਵੀ ਜਿਹੜਾ ਵਾਣਾ ਉਹ ਕਿਸਾਨਾਂ ਨੂੰ ਜਿਹੜਾ ਵਾਣਾ ਇੱਕ ਵੱਖਰਾ ਮੁਆਵਜ਼ਾ ਦੇ ਕੇ ਏਕੜ ਦਾ ਜਿੱਦਾਂ ਹਰਿਆਣਾ ਸਰਕਾਰ 8000 ਰੁਪਏ ਏਕੜ ਬਾਜਰਾ ਬੀਜਣ ਤੇ ਦੇ ਰਹੀ ਆ ਤੇ ਪੰਜਾਬ ਸਰਕਾਰ ਵੀ ਇਸੇ ਤਰ੍ਹਾਂ ਕਿਸਾਨਾਂ ਨੂੰ ਕੁਝ ਦਵੇ ਔਰ ਲੋਕਾਂ ਨੂੰ ਇਸ ਪਾਸੇ ਲਿਆਓ ਜਿਹਦੇ ਨਾਲ ਸਾਡੀਆਂ ਆਉਣ ਵਾਲੀ ਨਸਲਾਂ ਪੀੜੀਆਂ ਜਿਹੜੀਆਂ ਉਹ ਉਸ ਧਰਤੀ ਤੇ ਅੱਛਾ ਜੀਵਨ ਜੀ ਸਕਣ ਔਰ ਜਿਹੜਾ ਤੰਦਰੁਸਤ ਜੀਵਨ ਜੀ ਸਕਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਮੋٹے ਅਨਾਜ ਦੀ ਖੇਤੀ ਨਾਲ ਖੁਦ ਜੁੜੇ ਰਹੇ ਨੇ ਅਤੇ ਦੱਸਦੇ ਨੇ ਕਿ ਸਰਕਾਰ ਮੂਲ ਅਨਾਜਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕ ਰਹੀ ਹੈ ਅਚੀ ਗੱਲ ਹੈ ਜੀ ਹਰਿਆਣਾ ਸਰਕਾਰ ਨੇ ਵੀ ਇੱਥੇ ਕੰਮ ਕੀਤਾ ਪੰਜਾਬ ਸਰਕਾਰ ਵੀ ਕਰੇਗੀ ਮਿਲਟਸ ਇੱਕ ਵੇ ਫੋਰਵਰਡ ਆ ਪੰਜਾਬ ਵਾਸਤੇ ਕਿਉਂਕਿ ਕਣਕ ਧੋਨੇ ਦੇ ਵੀਸ਼ੇ ਸਰਕਲ ਦੇ ਵਿੱਚੋਂ ਕੱਢਣ ਵਾਸਤੇ ਮਿਲਟਸ ਨੂੰ ਪ੍ਰੋਮੋਟ ਕਰਨਾ ਬਹੁਤ ਜ਼ਰੂਰੀ ਹੈ ਦੀ ਮਾਰਕੀਟਿੰਗ ਨੂੰ ਸੈੱਟ ਕਰਕੇ ਪ੍ਰੋਪਰ ਕਰਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਦੇ ਵਿੱਚ ਮਿਲਟਸ ਦੀ ਕਲਟੀਵੇਸ਼ਨ ਵਧਾਈਏ PGI ਚੰਡੀਗੜ੍ਹ ਵਿੱਚ ਨਿਊਟ੍ਰੀਸ਼ਨ ਸੰਬੰਧੀ ਐਸੋਸੀਏਟ ਪ੍ਰੋਫੈਸਰ ਪੂਨਮ ਖੰਨਾ ਦਾ ਮੰਨਣਾ ਹੈ ਕਿ ਆਮ ਲੋਕਾਂ ਨੂੰ ਸੁਪਰ ਫੂਡ ਦੀ ਧਰੈ ਤੇ ਮਿਲਟਸ ਦੇ ਖਾਣੇ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਜਿਹੜਾ ਆਪਣਾ ਡੇਲੀ ਰੁਟੀਨ ਦਾ ਜਿਹੜਾ ਖਾਣਾ ਹੈ ਉਹਦੇ ਵਿੱਚ ਇੱਕ ਹਿੱਸਾ ਜਿਹੜਾ ਹੈ ਉਹ ਮਿਲਟਸ ਨੂੰ ਜ਼ਰੂਰ ਦੇਣ ਕਿਉਂਕਿ ਮਿਲਟਸ ਜਿਹੜੇ ਹੈਗੇ ਉਹ ਹੁਣ ਮੋٹے ਅਨਾਜ ਜਾਂ ਗਰੀਬਾਂ ਦਾ ਅਨਾਜ ਨਹੀਂ ਰਹਿ ਗਿਆ ਹੈ ਇਹ ਸਾਡੇ ਨਿਊਟਰੀ ਸੀਰੀਅਲਸ ਹੈਗੇ ਜਿਨ੍ਹਾਂ ਵਿੱਚ ਬਹੁਤ ਹੀ ਅੱਛੀ ਮਾਤਰਾ 'ਚ ਨਿਊਟ੍ਰੀਐਂਟਸ ਜਿਹੜੇ ਹਨ ਪਾਏ ਜਾਂਦੇ ਹਨ ਸਨੂਲ ਉਤਸ਼ਾਹਤ ਕਰਨ ਵਿੱਚ ਲੱਗੀ ਸੰਸਥਾ ਖੇਤੀ ਵਿਰਾਸਤ ਮਿਸ਼ਨ ਦੇ ਬਾਨੀ ਉਮੇਂਦਰ ਦੱਤ ਭਾਰਤ ਸਰਕਾਰ ਦੇ ਯਤਨਾਂ ਤੋਂ ਬੇਹਦ ਖੁਸ਼ ਨੇ ਅਸੀਂ ਉਮੀਦ ਕਰਦੇ ਹਾਂ ਕਿ 2023 ਦੇ ਵਿੱਚ ਬਹੁਤ ਵੱਡੇ ਪੱਮਾਨੇ ਤੇ ਮਿਲਟ ਦੀ ਖੇਤੀ ਹੋਏਗੀ ਮਿਲਟ ਦੀ ਖਪਤ ਹੋਏਗੀ ਮਿਲਟ ਰਸੋਈਆਂ ਤੱਕ ਪਹੁੰਚੇਗਾ ਔਰ ਲੋਕਾਂ ਦੀ ਸੇਵਾ ਸੁਧਰੇਗੀ ਇੰਟਰਨੈਸ਼ਨਲ ਮਿਲਟ ਯਰ ਦੀ ਉਸ਼ਣਾ ਕਰਨ ਵਾਸਤੇ ਜਾਂ ਉਹਦੀ ਕਲਪਨਾ ਕਰਨ ਵਾਸਤੇ ਮੈਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਦਾ ਧੰਨਵਾਦ ਕਰਾਂਗਾ ਸਵਾਗਤ ਕਰਾਂਗਾ ਕਿ ਉਹਨਾਂ ਨੇ ਇਹ ਬੜਾ ਦੂਰਦ੍ਰਿਸ਼ਟੀ ਨਾਲ ਇੱਕ ਫੈਸਲਾ ਲிட்ட ਯਕੀਨਨ ਮਿਲਟਸ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਨਾਲ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਰਵਾਇਤੀ ਚੱਕਰ ਤੋਂ ਬਾਹਰ ਲਿਆਉਣ ਵਿੱਚ ਮਦਦ ਹਾਸਲ ਹੋਵੇਗੀ ਜਸਵਿੰਦਰ ਬਿੰਟਾ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਿਲੰਦਰ ਅੰਮ੍ਰਿਤਸਰ ਵਿੱਚ 15 ਤੋਂ 17 ਮਾਰਚ ਤੱਕ ਹੋਣ ਵਾਲੀ G20 ਸਿਖਰ ਕਾਨਫਰੰਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਨੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਅੱਜ ਨਗਰ ਨਿਗਮ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਉਨਾ ਹਦਾਇਤ ਕੀਤੀ ਕਿ ਸਫਾਈ ਕਰਮਚਾਰੀਆਂ ਨੂੰ ਆਬਾਦੀ ਮੁਤਾਬਕ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਕੰਮ ਸੌਪਿਆ ਜਾਵੇ ਅਤੇ ਸਫਾਈ ਵਿਵਸਥਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਇਕੱਠਾ ਕਰਨ ਦੇ ਨਾਲ-ਨਾਲ ਸਫਾਈ ਵਿਵਸਥਾ ਦੀ ਰੋਜ਼ਾਨਾ ਨਿਗਰਾਨੀ ਵੀ ਕੀਤੀ ਜਾਵੇ। ਜਸਪ੍ਰੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਲਈ ਇਹ ਮਾਣ ਵਾਲੀ ਗੱਲ ਹੈ ਕਿ G20 ਕਾਨਫਰੰਸ ਇੱਥੇ ਹੋ ਰਹੀ ਹੈ ਅਤੇ ਇਹ ਸਾਰਿਆਂ ਦਾ ਮੋਢਲਾ ਫਰਜ਼ ਹੈ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਤਾਂ ਜੋ ਕਾਨਫਰੰਸ ਲਈ ਆਉਣ ਵਾਲੇ ਪ੍ਰਤੀਨਿਧ ਅੰਮ੍ਰਿਤਸਰ ਬਾਰੇ ਚੰਗਾ ਪ੍ਰਭਾਵ ਲੈ ਕੇ ਜਾਣ ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਤੇ ਤਰਨਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਡੱਲਾ ਪਿੰਡ ਦੇ ਇਲਾਕੇ ਵਿੱਚ ਕੰਡਿਆਲੀ ਤਾਰ ਨੇੜੇ ਸੀਮਾ ਸੁਰੱਖਿਆ ਬਲ ਨੇ ਹੈਰੋਇਨ ਦੇ 4 ਪੈਕੇਟ ਬਰਾਮਦ ਕੀਤੇ ਨੇ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਪੈਕੇਟ ਇੱਕ ਪੀਲੇ ਲਿਫਾਫੇ ਵਿੱਚ ਲਪਿਟੇ ਗਏ ਸਨ ਅਤੇ ਇਹਨਾਂ ਦਾ ਵਜ਼ਨ 2 ਕਿਲੋ 110 ਗ੍ਰਾਮ ਹੈ ਬੁਲਾਰੇ ਨੇ ਕਿਹਾ ਕਿ ਬਲਦੇ ਚੌਕਸ ਜਵਾਨਾਂ ਨੇ ਬੀਤੀ ਰਾਤ ਕੰਡਿਆਲੀ ਤਾਰ ਲਾਗੇ ਤਸਕਰਾਂ ਦੀਆਂ ਗਤੀਵਿਧੀਆਂ ਨੋਟਿਸ ਕੀਤੀਆਂ ਅਤੇ ਜਦੋਂ ਇਲਾਕੇ ਦੀ ਤਲਾਸ਼ੀ ਲਈ ਗਈ ਤਾਂ ਇਹ ਚਾਰ ਪੈਕੇਟ ਬਰਾਮਦ ਹੋਏ ਸੰਗਣੀ ਧੁੰਦ ਦਾ ਫਾਇਦਾ ਲੈਂਦਿਆਂ ਤਸਕਰ ਭੱਜਣ ਵਿੱਚ ਕਾਮਯਾਬ ਹੋ ਗਏ ਇਸ ਦੌਰਾਨ ਤਰਨਤਾਰਨ ਜ਼ਿਲ੍ਹੇ ਦੇ ਹੀ ਵਾਨਪਿੰਡ ਵਿੱਚ ਕੁਮਾਂਤਰੀ ਸਰਹੱਦ ਲਾਗੇ ਸੀਮਾ ਸੁਰੱਖਿਆ ਬਲ ਨੇ 20 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਇਹ ਹੈਰੋਇਨ 5 ਬੋਤਲਾਂ ਵਿੱਚ ਬੰਦ ਸੀ ਇਸ ਘਟਨਾ ਵਿੱਚ ਸ਼ਾਮਲ ਰਹੇ ਤਸਕਰ ਧੁੰਦ ਕਾਰਨ ਭੱਜਣ ਵਿੱਚ ਕਾਮਯਾਬ ਰਹੇ ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ਵਿੱਚ ਜ਼ਬਰਦਸਤ ਸੀਤ ਲਹਿਰ ਲਗਾਤਾਰ ਬਣੀ ਹੋਈ ਹੈ ਕੜਾਕੇ ਦੀ ਠੰਡ ਨਾਲ ਲੋਕਾਂ ਦੀ ਪਰੇਸ਼ਾਨੀ ਵੀ ਦਿਨੋ-ਦਿਨ ਵੱਧ ਰਹੀ ਹੈ ਜਲੰਧਰ ਸਣੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਵੀ ਸੰਘਣੀ ਧੁੰਦ ਦੇਖਣ ਨੂੰ ਮਿਲੀ ਜਿਸ ਕਾਰਨ ਸੜਕ ਰੇਲ ਤੇ ਹਵਾਈ ਆਵਾਜਾਈ ਦੇ ਨਾਲ-ਨਾਲ ਆਮ ਜਨਜੀਵਨ ਪ੍ਰਭਾਵਿਤ ਰਿਹਾ 2.4 ਡਿਗਰੀ ਸੈਲਸੀਅਸ ਘੱਟੋ ਘੱਟ ਤਾਪਮਾਨ ਨਾਲ ਬਠਿੰਡਾ ਸਭ ਤੋਂ ਠੰਡਾ ਸ਼ਹਿਰ ਰਿਹਾ ਅਤੇ ਇੱਥੇ ਵਿਜ਼ਿਬਿਲਿਟੀ ਜ਼ੀਰੋ ਰਹੀ ਮੌਸਮ ਵਿਭਾਗ ਨੇ ਫਿਲਹਾਲ ਮੌਸਮ ਦੇ ਇਸ ਰੁਖ ਵਿੱਚ ਕਿਸੇ ਬਦਲਾਅ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਵਿਭਾਗ ਨੇ yellow alert ਜਾਰੀ ਕਰ ਦਿਆ ਆਉਂਦੇ ਦਿਨਾਂ ਵਿੱਚ ਠੰਡੇ ਦਿਨ ਰਹਿਣ ਅਤੇ ਸੰਘਣੀ ਧੁੰਦ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ ਖਬਰਾਂ ਦੇ ਬਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬਲੇਟਿਨ ਖਤਮ ਹੋਇਆ ਇਜਾਜ਼ਤ ਦਿਓ ਨਮਸਕਾਰ